ਸਾਡਾ ਰੌਲਾ ਜੋ ਮਰਜ਼ੀ ਆਪਸ ਹੈ। ਜਿਹਨੇ ਇਹ ਹੀ ਕਿਹਾ ਵੀ ਨਹੀਂ ਹੁਣ ਹਜ਼ੂਰ ਤੋਂ ਬਾਅਦ ਨਵੀਂ ਨਵਾਂ ਆ ਗਿਆ, ਹਕੂਮਤ ਨਵੀਂ ਆ ਔਰ ਇੰਨੀ ਜੁਦੀ ਆ ਵੀ ਨਾ ਤੁਹਾਡੇ ਨਾਲ ਅਸੀਂ ਨਮਾਜ਼ ਪੜ੍ਹਨੀ ਆ, ਨਾ ਤੁਹਾਨੂੰ ਰਿਸ਼ਤਾ ਦੇਣਾ, ਨਾ ਤੁਹਾਡੇ ਜਨਾਜ਼ੇ ਪੜ੍ਹਨੇ, ਉਹ ਸਾਡੇ ਕੀ ਰਹਿ ਗਏ। ਇਸ ਤੋਂ ਛੋਟੀ ਜਿਹੀ ਗੱਲ ਨਹੀਂ ਤਾਂ ਅਲਾਮਾ ਇਕਬਾਲ ਰਹਿਮਤੁਲਾ ਇਸ ਬਾਰੇ 'ਚ ਕਿ ਲੋਕਾਂ ਨੂੰ ਕਦਰ ਹੋਵੇ ਖਤਮੇ ਨਬੂਵਤ ਦੀ, ਇਹ ਕਿੱਡਾ ਵੱਡਾ ਇਨਾਮ ਰੱਬ ਨੇ ਕੀਤਾ ਕਿ ਬੰਦ ਕਰ ਦਿੱਤੇ ਨਬੀ। ਉਦੋਂ ਚਿਰ ਭੇਜੇ ਜਦ ਤੱਕ ਜ਼ਰੂਰਤ ਸੀ, ਉਦੋਂ ਨਾ ਭੇਜਦਾ ਜ਼ੁਲਮ ਹੁੰਦਾ, ਅਤੇ ਜਦੋਂ ਕੰਮ ਹੋ ਗਿਆ ਪੂਰਾ, ਇਮਾਰਤ ਹੋ ਗਈ ਮੁਕੰਮਲ, ਐਨ ਸਿਰੇ ਦੀ ਇੱਟ ਵੀ ਲੱਗ ਗਈ, ਹੁਣ ਐਵੇਂ ਇੱਟਾਂ ਲਾਈ ਜਾਏ ਆਪਣੇ ਸਮਝੋ ਨਕਸ਼ੇ ਤੋਂ ਬਾਹਰ, ਅਤੇ ਉਹ ਵਿਗਾੜਨ ਵਾਲੀ ਗੱਲ ਹੈ, ਇਮਾਰਤ ਨੂੰ ਹੁਣ ਕੋਈ ਜ਼ਰੂਰਤ ਹੈਗੀ, ਬੇਮੌਕਾ ਕੰਮ ਹੈ, ਇਹ ਅੱਲਾਹ ਤਾਲਾ ਦੀ ਹਕਮਤ ਦੇ ਖਿਲਾਫ ਹੈ। ਤਾਂ ਫਰਮਾਉਂਦੇ ਆ, ਗੱਲ ਸੁਣ, ਇਹ ਰਸਾਲਤ ਐਸੀ ਬਾਤ ਹੈ, ਅਦ ਰਸਾਲਤ ਹਮ ਨਵਾ ਗਸ਼ਤੇ ਮਾ ਹਮ ਨਫਸ ਹਮ ਮੁੱਦਾ ਗਸ਼ਤੇ ਮਾ, ਰਸੂਲ ਨੂੰ ਮੰਨਣ ਨਾਲ ਇੱਕ ਨਬੀ ਦੀ ਉਮਨ ਤੋਰਨ ਪਾਰੋਂ ਅਸੀਂ ਹਮ ਨਵਾ ਹੋ ਗਏ, ਸਾਡੇ ਮੂੰਹਾਂ 'ਚ ਇੱਕੋ ਸੁਰ ਨਿਕਲਦੀ, ਇੱਕ ਉਮਤ ਹੈ ਅਸੀਂ ਹਮ ਨਫਸ ਹਮ ਮੁੱਦਾ ਗਸ਼ਤੇ ਮਾ, ਇੱਕੋ ਹੀ ਸਾਹ ਆਉਂਦਾ ਸਾਨੂੰ ਮਸ਼ਰਕ ਤੋਂ ਮਗਰ, ਸਭ ਜਦੋਂ ਹੁੰਦਾ ਦੇ ਲੱਬੈਕ ਯਾ ਰਸੂਲ ਅੱਲਾਹ ਦੇ ਨਬੀ, ਪੁਕਾਰਿਆ ਤੂੰ ਮੇਰੀ ਤੌਹੀਨ ਹੋਈ ਹੈ, ਅਸੀਂ ਜਾਨਾਂ ਦੇਣ ਨੂੰ ਤਿਆਰ ਹਾਂ, ਇਸ ਤੋਂ ਅਸੀਂ ਤੇਰੀ ਕਸਰਤ ਹਮ ਕਸਰਤ ਕਸਰਤ ਹਮ ਮੁੱਦਾ ਦਾ ਵਹਾਦਤ ਸਵਾਦ ਪੁਖਤਾ ਤੂੰ ਵਹਾਦਤ ਸਵਾਦ ਮਿਲਤ ਸਵਾਦ, ਹਾਂ ਕਿੰਨੀ ਜ਼ਿਆਦਾ ਕਸਰਤ ਹੋਵੇ ਬੇਸ਼ੁਮਾਰ ਲੋਕ, ਕਸਰਤ ਹਮ ਮੁੱਦਾ ਵਹਾਦਤ ਸਵਾਦ, ਜਦੋਂ ਉਹਨਾਂ ਦੀ ਇੱਕੋ ਹੀ ਮੰਜ਼ਿਲ ਆ, ਇੱਕ ਨੂੰ ਮੁਰਸ਼ਦ ਮੰਨਦੇ ਆ, ਉਹ ਵਹਾਦਤ ਬਣ ਜਾਂਦੀ, ਉਹ ਕਰੋੜਾਂ ਹੁੰਦਿਆਂ ਵੇਖ ਕੇ ਪੁਖਤਾ ਤੂੰ ਵਹਾਦਤ ਸਵਾਦ ਮਿਲਤ ਸਵਾਦ, ਜਦੋਂ ਸਾਰੇ ਫਿਰ ਇੱਕ ਹੋ ਜਾਂਦੇ ਪੱਕੇ ਇੱਕ ਥਾਂ, ਉਹਨੂੰ ਹੀ ਮਿਲਤ ਕਿਹਾ ਜਾਂਦਾ ਕਿ ਮਿਲਤ ਇਸਲਾਮੀਆਂ, ਜ਼ਿੰਦਾ ਹਰ ਕਸਰਤ ਦੇ ਬੰਦੇ ਵਹਦਤ ਅਸ ਵਹਦਤ ਮੁਸਲਿਮ ਦੇ ਦੀਨ ਹੈ ਫਿਤਰਤ ਅਸ, ਹੈਂ ਹਰ ਕਸਰਤ ਇੰਨੇ ਬੇਸ਼ੁਮਾਰ ਵਰਕਿਆਂ ਨੂੰ ਇੱਕ ਡੋਰ ਨੇ ਆਪਸ ਜੋੜਿਆ, ਕੁਨਬਾ ਕਿੱਡਾ ਫੈਲ ਜਾਂਦਾ ਮਗਰ ਇੱਕ ਦਾਦਾ ਜਿਹੜਾ ਉੱਤੇ ਜਮ੍ਹਾਂ ਹੋ ਜਾਂਦਾ, ਆਉਂਦੇ ਜੀ ਫਲਾਨੇ ਦੀ ਅਸੀਂ ਔਲਾਦ ਹਾਂ, ਉਹ ਇੱਕ ਜਿਹੜਾ ਨਾ ਉਹ ਨਾ ਸਾਰਿਆਂ ਨੂੰ ਜੋੜ ਦਿੰਦਾ ਪਿਆ, ਕਸਰਤ ਨੂੰ ਇੱਕ ਜਗ੍ਹਾ ਕਰਨ ਲਈ ਸ਼ਾਇਦ ਕੋਈ ਵਹਦਤ ਕੋਈ ਇੱਕ ਹੁੰਦਾ, ਅਸੀਂ ਸਾਰੀ ਦੁਨੀਆ ਆਦਮ ਅਲੈਹਿ ਸਲਾਮ ਦੀ ਔਲਾਦ ਕਿੰਨੇ ਹੋ ਗਏ, ਮਗਰ ਜਦੋਂ ਅਖੀਰ 'ਤੇ ਗੱਲ ਜਾਂਦੀ ਯਾਰ ਸਾਡਾ ਮਾਰ ਪਿਓ ਇੱਕ ਆ, ਇੱਕ ਆ ਵਹਦਤ ਹੋ ਜਾਂਦੀ, ਤਾਂ ਜਦੋਂ ਸਾਰੇ ਗਰੋਹ ਜਾ ਕੇ ਮੁੱਖ ਜਾਣਗੇ ਬਈ ਅਖੀਰ ਕੀ ਆ, ਮੁਹੰਮਦ ਰਸੂਲਾ ਸਲ ਇੱਕ ਦੀਨ ਫਿਤਰਤ ਨਬੀ ਆ ਮੌਖ ਤਿੰਨ, ਮੁਸਲਮਾਨਾਂ ਦੀ ਵਹਾਦਤ ਦੀਨ ਫਿਤਰਤ, ਵਰਨਾ ਆਸਟ੍ਰੇਲੀਆ 'ਚ ਰਹਿਣ ਵਾਲਾ ਔਰ ਅਮਰੀਕਾ ਦਾ ਰਹਿਣ ਵਾਲਾ ਮੇਰਾ ਕੀ ਲੱਗਦਾ, ਉਹਦਾ ਰੰਗ ਜੁਦਾ, ਉਹਦੀ ਜ਼ਬਾਨ ਜੁਦੀ, ਇਲਾਕਾ ਰਸਮ ਰਿਵਾਜ ਜੁਦੇ, ਉਹਦੇ ਪਿਓ ਦਾਦੇ ਜੁਦੇ, ਅਗਰ ਇੱਕ ਆ ਕਾਹਦੇ ਪਰੋਂ ਕਿ ਨਬੀ ਇੱਕ, ਦੀਨ ਫਿਤਰਤ ਅਜ ਨਬੀ ਆ ਮੌਖ ਤਿੰਨ, ਦੀਨ ਫਿਤਰਤ ਨਬੀ ਕੋਲੋਂ ਅਸੀਂ ਸਿੱਖਿਆ, ਇਹਦਾ ਸਰਚਸ਼ਮਾ ਸਿਰਫ ਸੂਰ ਡਰ ਰਹੇ ਹੱਕ ਮੁਸ ਮਸ਼ਲ ਫਰੋਖਤ, ਅੱਲਾਹ ਦੇ ਰਸਤੇ 'ਚ ਦੀਨ ਦੇ ਰਸਤੇ ਚੱਲਣੀ ਜਿਹੜੀ ਫਿਰ ਮਸ਼ਲ, ਹੈਂ ਜਿਹੜਾ ਚਿਰਾਗ ਸਾਡੇ ਸਾਹਮਣੇ ਜਿਹੜੇ ਪਿੱਛੇ ਅਸੀਂ ਚੱਲਣਾ, ਉਹ ਅੱਲਾਹ ਦਾ ਰਸੂਲ ਹੈ ਅਲੈਹਿ ਸਲਾਤ ਵਸਲਾਮ, ਈ ਗੌਰਾ ਬਾਹਰੇ ਬੇ ਪਾਇਆ ਨੇ ਉਸ ਮਾਂ ਕਈ ਅਕਜਾ ਨੇ ਮਾਜ ਅਹਿਸਾਨ ਹੈ ਉਸ, ਕਹਿੰਦੇ ਮੋਤੀ ਉਹਦੇ ਬੇ ਪਾਇਆ ਸਮੁੰਦਰ, ਇਹ ਮਿਲਤ ਜਿਹੜੀ ਨਾ ਮੋਤੀ ਹੈ ਹੁਣ ਬਣਿਆ ਹੋਇਆ, ਇਸ ਮੋਤੀ ਨੂੰ ਲੋਕ ਬਰਬਾਦ ਕਰਦੇ, ਹਰ ਮੁੱਲਾ ਜਿਹੜਾ ਬੈਠਾ ਹੈ ਉਹ ਕੈਂਚੀ ਚੜਾ ਰਿਹਾ, ਕਿ ਉਸ ਮਸਜਿਦ ਵਾਲੇ ਮੁਸਲਮਾਨ ਹੀ ਇਸ ਬਿਲਕੁਲ ਸ਼ੈਤਾਨਾਂ ਦੇ ਏਜੰਟ ਹੈ, ਮੈਂ ਇਹਨਾਂ ਨੂੰ ਆਲਮ ਨਹੀਂ ਮੰਨਦਾ ਭਾਵੇਂ ਕਿਸੇ ਗਰੋਹ ਦੇ, ਤੁਸੀਂ ਯਹੂਦੀਆਂ ਔਰ ਈਸਾਈਆਂ ਦਾ ਮਿਸ਼ਨ ਸਰ ਅੰਜਾਮ ਦੇ ਰਹੇ ਜੇ ਕਿ ਮੁਸਲਮਾਨਾਂ ਨੂੰ ਇੱਕ ਦੂਸਰੇ ਤੋਂ ਤੋੜਦੇ ਜੇ, ਮਸਲਿਆਂ ਦੇ ਸਮਝਣ 'ਚ ਇਖਤਲਾਫ ਹੈ, ਤਾਂ ਅੱਲਾਹ ਨੇ ਜੁਦੀਆਂ ਸਮਝਾਂ ਦਿੱਤੀਆਂ, ਖੁਦ ਸਹਾਬਾ ਕਰਾਮ 'ਤੇ ਇਖਤਲਾਫ ਹੋ ਜਾਂਦਾ ਸੀ ਬੇਸੈਦ ਦਾ, ਮਾਨਾ ਕਿ ਇਹਨੂੰ ਬੰਦ ਕਰਨਾ ਜੀ, ਇਨਸਾਨੀ ਅਕਲ ਜਿਹੜੀ ਹੈ ਅਤੇ ਤੁਸੀਂ ਕੁਫਰ ਲਾਉਣੇ, ਸੋਚਣ ਸਮਝਣ ਨੂੰ ਕਿਉਂ ਰੋਕਣਾ, ਦੀਨਾਂ ਦਾ ਸੋਚੋ ਸਮਝੋ, ਪਰ ਕੋਈ ਨਹੀਂ, ਬਲਕਿ ਇੱਥੋਂ ਤੱਕ ਫਰਮਾਇਆ ਸਹੀ ਲੱਭ ਲਓਗੇ ਦੋ ਸਵਾਬ, ਗਲਤ ਵੀ ਹੋਊਗਾ ਤਾਂ ਇੱਕ ਸਵਾਬ, ਉਹ ਸੋਚ ਵਿਚਾਰ ਰਹਿਣੀ ਚਾਹੀਦੀ, ਉਮਤ ਜਿਹੜੀ ਉਹਦੇ 'ਚ ਅਕਲ ਔਰ ਬਸੀਰਤ ਹੋਣੀ ਚਾਹੀਦੀ, ਤਾਂ ਇਹ ਗੌਹਰ ਇਹ ਉਮਤ ਅੱਜ ਬਾਹਰੇ ਬੇ ਪਾਇਆ ਨੇ ਉਸ ਰਸੂਲਾ ਦਾ, ਉਹ ਸਮੁੰਦਰ ਜਿਹਦੀ ਕੋਈ ਥਾਂ ਨਹੀਂ, ਇਹ ਉੱਥੋਂ ਸਾਨੂੰ ਹਾਸਲ ਹੋਇਆ ਵਹਾਦਤ, ਮਾਂ ਕਈ ਇੱਕ ਜਾਨ ਹੈ ਮਾਂ ਅਹਿਸਾਨ ਹੈ ਉਸ, ਅਗਰ ਅਸੀਂ ਇੱਕ ਜਾਨ ਹਾਂ ਕਿਤੇ ਲਹੂ ਜ਼ਰਾ ਕਿਸੇ ਦਾ ਬਹਿੰਦਾ ਅਸੀਂ ਤੜਪ ਉੱਠਦੇ ਹਾਂ, ਕਿਉਂ ਕਰਵਾਂਗੇ ਭਰਾ ਨਾਲ, ਇਹ ਅਹਿਸਾਨ ਹੈ ਅੱਲਾਹ ਦੇ ਰਸੂਲ ਅਲੈਹਿ ਸਲਾਮ ਦਾ, ਤਾਂ ਨਹੀਂ ਵਹਾਦਤ ਦੱਸਦੇ ਮਾਰ ਵੱਦ ਹਸਤੀਏ ਮਾਂ ਬਾਬਦ ਹਮਦਮ ਸ਼ਦ, ਇਹ ਮੁੱਲਾਵਾਂ ਨੂੰ ਨਹੀਂ ਸਮਝ ਆਈ, ਇਹਨਾਂ ਨੇ ਇੱਕ ਬਹਿਸ ਸਮਝੀ ਇਲਮੇ ਕਰਾਮ ਦੀ ਨਬੂਵਤ ਜਾਰੀ ਹੈ ਕਿ ਨਹੀਂ, ਪਰ ਮੈਂ ਇਸ ਪਾਰੋਂ ਕਿ ਸਾਡੀ ਵਹਾਦਤ ਸਾਡੇ ਹੱਥੋਂ ਨਾ ਨਿਕਲ ਜਾਵੇ, ਇੱਕ ਹੁਣ ਤੁਸੀਂ ਨਾ ਖਤਮ ਹੋ ਜਾਈਏ, ਕਈ ਟੁਕੜੇ ਨਾ ਹੋ ਜਾਈਏ, ਇਹਦੇ ਤੋਂ ਬਚਾਉਣ ਲਈ ਅੱਲਾਹ ਨੇ, ਔਰ ਇਸ ਪਾਰੋਂ ਕਿ ਇਸ ਉਮਤ ਦੀ ਹਸਤੀ ਬਾਬਦ ਹਮਦਮ ਸ਼ਦ, ਕੋਈ ਵਕਤ ਨਾ ਆਵੇ ਜੀ ਯਾਰ ਰਸੂਲਾਂ ਦਾ ਜ਼ਮਾਨਾ ਮੁੱਕ ਗਿਆ ਹੁਣ ਨਵੇਂ ਨਬੀ ਦਾ ਦੌਰ ਸ਼ੁਰੂ ਹੋ ਗਿਆ, ਨਾ ਕਿਆਮਤ ਤੱਕ ਇਹ ਉਮਤ ਚੱਲਦੀ ਰਹੇ, ਬਸ ਖੁਦਾ ਬਰਮਾ ਸ਼ਰੀਅਤ ਖਤਮ ਕਰ ਦੇ, ਬਰ ਰਸੂਲ ਹੈ ਮਾ ਰਸਾਲਤ ਖਤਮ ਕਰ, ਸਾਡੇ ਦੀਨ ਖਤਮ ਕਰ ਦਿੱਤਾ, ਸਾਡੇ ਰਸੂਲ 'ਤੇ ਰਸਾਲਤ ਖਤਮ ਕਰ।
کہ ہن نہ کوئی کتاب آنی ہے تے نہ رسول آنا، رون قدم محفل ایام را او رسول را ختم ما قوام را۔ ہن دنیا چ اگر حق دا جھنڈا کسی دے ہتھ ہے گا نا، ساری بدقسمتی بس آرام نہ بہ گئے، دنیا نیرے ہی ڈب گئی، یہ بھی گناہ ساڈا، ورنہ رسول اللہ ایسا دین دے گئے سی اسی بھی چل دے مشرق مغرب دے لوگوں دس دے کہ دنیا کوئی ساری دشمن نہ ہوندی، او احسان مندی کہ دنیا یار دیکھو نیکا گروہ ہے گا جڑا امن چاہوندا، ساڈا دین نہیں بدلدا، عیسائی رہو ہندو رہو امن چاہوندا، رون قزما محفل ایام را، دنیا پوری دی محفل جڑی اینوں رون کیا، پھر مسلمانہ پڑھو جے سچے مسلمان ہون، جدن یہ مٹ گئے قیامت آ جانی قدم پڑھن والے، او رسول را ختم ما قوام را، وہ نبیاں دا خاتم ہے علیہ الصلوۃ والسلام، اسی قوماں دے خاتم۔ آپ نے خطبہ حجت الوداع کیا، لا نبی آبادی ولا امت آباد امتی، میری امت تو بعد امت کوئی نہیں تو میرے تو بعد نبی کوئی نہیں، میں نبیاں چو آخری ہاں امتاں چو آخری، خدمت ساقی غریبا ما گزاشت داد مارا آخری جامے کدا، ایتے انشاءاللہ پھر خطبہ ہوگا کہ من کے جڑا نا نبی آخری، یہ کام مکا نہیں، کام ڈبل ہو گیا، کہ جڑے کام رسول کرتے تھے کام تو قیامت تک ہونا، دنیا نو ہدایت چاہیے ہے، رہبر چاہیے ہے، جے نبی ہے نہیں کام کون کرے پھر۔ فرمایا اللہ دے رسول علیہ السلام نے خدمت ساقی غریبا مانگدا، فرمایا یہ جام پلاؤن دا کام ہن تہاڈا ہے، ہن یہ امت نے کرنا ہے، میرے کو دین لے لیا چپے چپے چ لے کے جانا، ایک کافر مریا نا تو انہیں ثابت کرتا بھی یہ مسلمان تو میرے تک پہنچے، مینوں تے کافر نہ ماریا، تہاڈی آ جانی شامت، اس تو میں ساقی گڑی دا کام جڑا نا کہ پلاؤ، یہ ہن تہاڈے حوالے کرتا، داد مارا آخری جامے کے داشت، آخری پیالہ جڑا دین دا سی حضور دے گا، آ سی اخیرلا، اے میں تانوں دے چلیا پڑھیا، آپ بھی پیو تو دنیا نوں پیاؤ۔ لا نبی بازی دے احسان خداس پردا ہے ناموں سے دین مصطفیٰ، آندا لا نبی بازی سب تو بڑا ہے نام ہے حضور تے، اور اللہ تعالیٰ دا فضل ہویا بے انہیں دروازہ بند کرتا، پردا ہے ناموں سے دین مصطفیٰ، اے رسول اللہ دے دین دی حرمت دا اعلان ہے، کہ کوئی خامی ہوندی تے کوئی ہوندا نا، خامی نہیں، اے اعلان جڑا دسدا ہے بھی نہ اے کسر ہے ہن کوئی بجڑی آ کے پورا کرے، نہ تبدیلی ہونی ہے بھی کوئی فکر مندی ہوے بھی نواں آ کے انہوں پھر ٹھیک کرے، نہ انہیں مٹنا ہے، یہ چونکہ یہ ساریاں چیزاں لا نبی آبادی چوں نکل گئی، اللہ تعالیٰ نے یہ ذریعے اس دین دی آبرو پیش کرتی، بہ دین سے یار خرابی آنی ہوں تو میں بھیج دینا کوئی، قوم را سرمایہ قوت ازو حفظ سر وحدت ملت، قوم مسلمان اے اگر طاقتور ہے تو صرف اس پاروں نبی ہے، کیا ہوں نہیں نبی نویں نویں بننے، نہ اسی انہوں کی امتاں بننے، حفظ سر وحدت ملت ازو، اور ملت اسلامیہ مسلمان اگر اکٹھے رہنے نا تو انہوں کی وحدت کی حفاظت صرف اس کی دین کر، امام بنے عالم بنے کی ہے، وہ امام عالم بھی کہوگا بھائی میری سمجھ آؤں مگر کوئی نہیں منتا، دن وہ کافر ہے دن گمراہ ہے، ابو حنیفہ شافی مارک بڑے بڑے اللہ انہوں سارے رحمت کے صاف آتے سی، کہ میرا خیال ہے یار میں مگر میں ایک انسان اختے ہو سی، ہو سکتا میں غلط ہی کہیں ہوا ہو سکتا ٹھیک ہوئے، تھی ایویں پابند نہ ہو جاؤ دوجیاں کی سنو تو گل جی سچی لبو، کوئی نہ اپنا دین نتھی میرے نہ کر دے میرے ہی مگر رہنا، مینو کوئی وہی آؤں، ہر ایک نے کیا ہے پچھلے کا قصور ہے، پہنے ہو کے ایک تھان بائے نبی بنا بیٹھے انہوں، وہ نبی نہیں ہو، کون حق تالا نقش ہر داوا شکست تابد سلام راشی را گبد، یہ لا نبی آبادی کی ہے، بے ہون کوئی بندہ دین دی کنی خدمت کرے اسلام زندہ کرے دعویٰ نہیں کر سکتا، وہ کہے میرا مقام ہے اس تو لوگ میرے تے ایمان لیا مینوں منن، جڑے نہیں مننے مسلمان نہیں ہے، جن کیتا وہ علاج ہے جیل اور کوڑے وہ علاج ہے، کہ دعویاں کا دروازہ رب نے بند کرتا، جڑے آئے کہ میں فرا ختم، یہ وہی نبی تے آؤں سی، دوجا کسی درجے سے پہنچے ہو تو اپنے بارے بھی نہیں گرنٹی دے سکتا بھی وہ نیک بھی ہے گا کری، باطن تو شیطان ہے کہ کچھ نہیں، یہ سارا سارا حسن دانا سیا نے فلانا ولی ہے فلانا خیال ہے، کون جانتا بھی چکی ہے، اس تو اللہ کے رسول نے صاف کہہ دیتا بھائی کوئی اللہ کے سامنے گواہی نہ دیو کیا ولی ہے کیا نہیں، صرف کیا کرو کہ میں اتوں تک جاننا میرے خیال سے بہتری ہے، باقی واللہ لا نزکی اللہ دا، اسی اللہ کے سامنے کوئی کہنے پاک نہیں آتے، سانو کی پتا پاک ہے، دعویٰ ختم، اور اسلام تابد اسلام راشی رادا بد، اسلام ورکیاں کٹھے کرتا بھائی، امام نو منو آلہ حضرت نو منو مودودی نو منو جہاں دل منہ کہ محبت عقید کرو، مگر پائیے نبی نہیں جنا متا بنا سکتے نہ پاروں دو جانا نہ